ਮੁਸ਼ਾਇਰਾ ਦਾ ਸ਼ਿੰਗਾਰ ਔਰ ਉਹਨਾਂ ਦੇ ਨਾਲ ਬਮੁਕਾਬਲਾ ਹਿਨਾ ਖਾਨ ਆਪਣਾ ਕਲਾਮ ਪੇਸ਼ ਕਰੇ ਸਰ ਤਾਰਿਕ ਮੋਥਾ ਬਮੁਕਾਬਲਾ ਹਿਨਾ ਖਾਨ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਮੈਂ ਸਾਡੇ ਲੋਧਰਾਂ ਦਾ ਮਾਣ ਲੋਧਰਾਂ ਦੀ ਸੁਜਾਨ ਕਿਸ਼ਰ ਲੋਧਰਾ ਦੀ ਸਾਰੀ ਸੰਗਤ ਨੂੰ ਸਲਾਮ ਪੇਸ਼ ਕਰਦਾ ਜੈ ਹੀ ਵੱਡੇ ਪ੍ਰੋਗਰਾਮ ਦਾ ਇਹਤਮਾਮ ਕੀਤੇ ਤੇ ਜਨਾਬ ਇਮਾਨ ਅਲੀ ਅਵਾਨ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰੇ ਸਾਂ ਜਿਹੜੇ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਮੈਂ ਆਪਣੇ ਉਸਤਾਦ ਮੋਹਤਰਮ ਸਹੀ ਜਨਾਬ ਹਾਜੀ ਅਮਾਨੁੱਲਾ ਅਰਸ਼ਦ ਸਾਹਿਬ ਦਾ ਵੀ ਬਹੁਤ ਬਹੁਤ ਮਸ਼ਹੂਰ ਹਾਂ ਜਿਹੜੇ ਸਾਡੇ ਲੋਧਰਾ ਸ਼ਹਿਰ ਦੇ ਤਸ਼ਰੀਫ ਗਏ ਨੇ ਸ਼ਾਕੇ ਸ਼ੁਜਾਬਾਦੀ ਸਾਹਿਬ ਤੇ ਜ਼ਫਰ ਨਜ਼ਮੀ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਹਿਦਾਇਤਕਾਰ ਯਾਸੀਨ ਨਵਾਜ਼ ਹੈਦਰ ਦਾ ਵੀ ਬਹੁਤ ਮਸ਼ਹੂਰ ਹਾਂ ਜਿਨ੍ਹਾਂ ਨੇ ਡਿਊਟ ਮੁਸ਼ਾਇਰੇ ਦੇ ਵਿੱਚ ਸਾਡੇ ਨਾਲ ਬਹੁਤ ਤਾਉਣ ਕੀਤੇ ਹੀਨਾ ਖਾਨ ਦਾ ਆਪ ਸਭ ਕੋ ਸਲਾਮ ਮੇਰੇ ਨਾਲ ਮੁਸ਼ਾਇਰਾ ਪੜ੍ਹਦੇ ਹਨ ਹੀਨਾ ਖਾਨ ਸਾਹਿਬਾ ਜਿਹੜੇ ਬਾਵਲਪੁਰ ਤਸ਼ਰੀਫ ਗਏ ਤੇ ਮਾਸ਼ਾਅੱਲਾ ਸਾਰੇ ਦਾਨਿਸ਼ਵਰ ਤੇ ਅੱਧਾ ਬਲੇ ਲੋਕ ਬੈਠੇ ਹੋ ਤੇ ਮੇਰੇ ਕੁਝ ਲਫ਼ਜ਼ ਅਦਬ ਤੋਂ ਹਟ ਕੇ ਵੀ ਹੋ ਸਨ ਮੈਂ ਇਹਦੀ ਮਾਜ਼ਰਤ ਚਾਹਾਂ ਤਾਂ ਮੈਂ ਆਗਾਜ਼ ਕਰੇ ਸਾਂ ਕਿ ਤੇ ਕੋ ਯਾਦ ਹੋ ਸੀ ਦਿਲਦਾਰ ਸਜਣ ਜਦਾਂ ਟੱਕੇ ਹਾਸੇ ਕੱਲੇ ਪੇਰ ਦੇ ਤਲੇ ਕਿਵੇਂ ਹਾਲ ਹਵਾਲ ਵਡਾਏ ਹਾਸੇ ਦੂਹੇ ਬਹਿ ਕੇ ਆਪਾਂ ਰਲੇ ਪੇਰ ਦੇ ਤਲੇ ਤੇ ਰਜ ਰਜ ਦੇ ਬੇਰ ਵੀ ਖਾਧੇ ਆਸੇ ਕੀਤੇ ਹਾਸੇ ਸਹੀ ਤਰਸੱਲੇ ਪੇਰ ਦੇ ਤਲੇ ਮੈਂ ਤਾਰਿਕ ਮੁੰਦਰੀ ਦਿੱਤੀ ਹੈ ਤੈ ਦਿੱਤੇ ਹਨ ਮੈਂ ਕੁਛ ਛੱਲੇ ਪੇਰ ਦੇ ਤਲੇ ਇਹ ਮੈਡਮ ਸਾਹਿਬਾ ਯਾਦ ਹੈ ਜਾਂ ਭੁੱਲ ਗਏ ਹੋ ਕੋਸ਼ਿਸ਼ ਸਹੀ ਤੈ ਕੀਤੀ ਹੈ ਮੈਂ ਕੋ ਦੇ ਵਈ ਕੀਤੇ ਵੱਲੇ ਪੇਰ ਦੇ ਤਲੇ ਛੋੜਾ ਨਾਲ ਸਹੀ ਨਾਲ ਬਿਲਾਓ ਸਾਧੋ ਤੇਰੇ ਸਾਰਾ ਗੱਲ ਹੀ ਠੀਕ ਹੈ ਪਰ ਤੁਜੋ ਕਰੇ ਸਹੀ ਕਿ ਤੇਰੇ ਸਾਰਾ ਗੱਲ ਹੀ ਠੀਕ ਹੈ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਅੱਜ ਤੱਕ ਤੂੰ ਛੱਲੇ ਪੈਂਦੀ ਗਹਿਰਾਂ ਦੇ ਸਾਡੀ ਮੁੰਦਰੀ ਤੈ ਨਹੀਂ ਪਈ ਅੱਜ ਤੱਕ ਤੂੰ ਸਮਝੀ ਗੈਰ ਦੇ ਬਾਹੀ ਤੇ ਸਾਡੀ ਬਾਣੀ ਵੀ ਗੱਲ ਨਾਲ ਲਈ ਅੱਜ ਤੱਕ ਸਾਕੂ ਤਾਰਿਕ ਲਾਰੇ ਲਈ ਰੱਖਦੀ ਨੀ ਵੀ ਸਿੱਧੀ ਗੱਲ ਦੱਸੀ ਅੱਜ ਤੱਕ ਇਹ ਤਾਂ ਗਲਤ ਗੱਲ ਹੈ ਜੇਕਰ ਮਰਦ ਨਾ ਹੋਣਾ ਤੇ ਕਹਿਣਾ ਹੀ ਨਾ ਹੋਇਆ ਕਿ ਤੇ ਕੋ ਭੁੱਲ ਹੈ ਚੰਦ ਨਾ ਮਰਦ ਹੁੰਦੇ ਵਲ ਔਰਤ ਜ਼ਾਤ ਨਾ ਹੁੰਦੀ ਇਹ ਚੰਦਰ ਤੇ ਸੂਰਜ ਨਾ ਹੁੰਦਾ
ਇਹ ਚੰਦਰ ਤੇ ਸੂਰਜ ਨਾ ਹੁੰਦਾ, ਇਹ ਦੀ ਤੇ ਰਾਤ ਨਾ ਹੁੰਦੀ, ਈ ਜਗ ਤੇ ਪਿਆਰ ਪ੍ਰੀਤਾਂ ਦੀ ਕੋਈ ਗੱਲ ਤੇ ਬਾਤ ਨਾ ਹੁੰਦੀ, ਜੇ ਤਾਰਿਕ ਮਰਦ ਨਾ ਹੋਵੇ ਨਾ ਇਹ ਕੁੱਲ ਕੈਨਾਤ ਨਾ ਹੁੰਦੀ। ਚਲੋ ਛੋੜ ਸਜਣ ਇਹਨਾਂ ਗਾਲੀ ਕੋ, ਚਲੋ ਛੋੜ ਸਜਣ ਇਹਨਾਂ ਗਾਲੀ ਕੋ, ਇਹ ਗਾਲ ਦੱਸਾ ਤੂੰ ਕਿੱਥੇ ਰਹਿ ਗਿਆ, ਨੀਵੀ ਨਜ਼ਰੀ ਇਤਨਾ ਦੀ ਮੇ ਕੋ ਕੀਤੀ ਇਤਨਾ ਦੀ ਕਿਉਂ ਵਿੱਚ ਰਹਿ ਗਈ, ਨਾ ਆਪਣੇ ਘਰ ਨਾ ਮੇਰੇ ਘਰ, ਨਾ ਉੱਥ ਰਹਿ ਗਈ ਨਾ ਇੱਥ ਰਹਿ ਗਈ, ਇਹ ਤਾਰਿਕ ਗਾਲ ਨੂੰ ਪੁੱਛਦਾ ਚਲੋ ਆਪ ਦੱਸਾ ਤੂੰ ਜਿੱਥੇ ਰਹਿ ਗਈ। ਤੂੰ ਕਿਉਂ ਪੁੱਛਦਾ ਇਹ ਗਾਲ, ਇਹ ਮੇਰੀ ਮਰਜ਼ੀ ਮੈਂ ਜਿੱਥੇ ਰਹਿਵਾਂ, ਤੇ ਕੋ ਨਜ਼ਰਾਂ ਯਾਰ ਤੇ ਨਾ ਨਜ਼ਰਾਂ, ਤੇ ਤੇ ਨਾਲ ਕਿਤੇ ਭਾਵੇਂ ਵਿੱਚ ਰਹਿਵਾਂ, ਮੈਂ ਰਹਿਵਾਂ ਜਿਹੜੀ ਥਿਤ ਦੇ ਵਿੱਚ ਯਾ ਥਿਤ ਕੋਲ ਉਹ ਬੇਥਿਤ ਰਹਿਵਾਂ, ਤੇ ਤਾਰੀ ਕੰਮੇ ਆਉਂਦੀ ਨਹੀਂ ਭਾਵੇਂ ਇੱਥ ਰਹਿਵਾਂ ਭਾਵੇਂ ਉੱਥ ਰਹਿਵਾਂ। ਮੁਸ਼ਾਇਰੇ ਦਾ ਐਂਡ ਕਰੇ ਤੁਸੀਂ ਮੇਰਾ ਆਖਰੀ ਡੋੜਾ, ਤੁਸਾਂ ਮਸ਼ਹੂਰ ਗੀਤੇ ਆਪਣਾ ਸਾਡੇ ਦੋਸਤ ਨਈਮ ਹਜ਼ਾਰੀ ਸਾਹਿਬ ਦਾ, ਚਲੋ ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ, ਉਹਦੇ ਵਿੱਚ ਉਹਨੇ ਆਖੀ ਮੇਰਾ ਆਖਰੀ ਡੋੜਾ ਕਿ ਅਸਾਂ ਨਾਜ਼ਿਕ ਦਿਲ ਦੇ ਲੋਕ ਹੀ ਸੇ, ਸਾਡਾ ਦਿਲ ਨਾ ਯਾਰ ਦੁਖਾਇਆ ਕਰ, ਆਖਰੀ ਡੋੜਾ ਤੁਝੋ ਕਰੇ ਤੋ ਸਹੀ ਕਿ ਅਸਾਂ ਨਾਜ਼ਿਕ ਦਿਲ ਦੇ ਲੋਕ ਹੀ ਸੇ, ਸਾਡਾ ਦਿਲ ਨਾ ਯਾਰ ਦੁਖਾਇਆ ਕਰ, ਨਾ ਕੂੜੇ ਵਾਦੇ ਕੀਤੇ ਕਰ, ਨਾ ਕੂੜੀਆਂ ਕਸਮਾਂ ਜਾਇਆ ਕਰ, ਤੇ ਕੋ ਕਈ ਵਾਰੀ ਮੈਂ ਆਖਿਆ ਹੈ ਸਾਕੂ ਵੱਲ ਵੱਲ ਨਾ ਅਜ਼ਮਾਇਆ ਕਰ, ਤੇਰੀ ਯਾਦ ਵਿੱਚ ਤਾਰਿਕ ਮਰ ਵੇ ਸੋ ਸਾਕੂ ਇਤਨਾ ਯਾਦ ਨਾ ਆਇਆ ਕਰ। ਬੜੀ ਮਿਹਰਬਾਨੀ ਸਰ, ਅਸਲਾਮ ਵਾਲੇਕੁਮ।